ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ, ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਨੇ ਤਾਂ ਡਰੋਨ ਭੇਜਣੇ ਹੀ ਭੇਜਣੇ, ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਜ਼ ਆ ਨਹੀਂ ਸਕਦੇ। ਪਹਿਲਾਂ ਡਰੋਨ ਚ ਕੱਲੀ ਡਰੱਗ ਆਉਂਦੀ ਸੀ, ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ। ਤਿੰਨੋਂ ਚਾਰੋਂ ਇਕੱਠੇ ਹੋ ਗਏ, ਗੈਂਗਸਟਰ, ਸਮਗਲਰ ਤੇ ਟੈਰਰਿਜ਼ਮ, ਇਹ ਤਿੰਨੋਂ ਇਕੱਠੇ ਹੋ ਗਏ। ਸੋ ਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ, 3-3 ਹਜ਼ਾਰ ਕਿਲੋ ਡਰੱਗ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟਾਂ ਤੇ, ਬਦਨਾਮ ਪੰਜਾਬ ਕੀਤਾ ਹੋਇਆ। ਮਹਾਰਾਸ਼ਟਰ ਤੋਂ ਨਸ਼ਾ ਆਉਂਦਾ, ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਨੇ। ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਨਾ, ਪੰਜਾਬ ਜਿਹੜਾ ਉਹ ਪਹਿਲਾਂ ਵੀ ਲੀਡਰ ਰਿਹਾ, ਦੇਸ਼ ਦਾ ਲੀਡਰ ਹੈ ਪੰਜਾਬ, ਲੀਡ ਕਰਦਾ ਦੇਸ਼ ਨੂੰ। ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾਂ ਨੇ, ਜਿਹੜੇ ਕਲੰਕ ਨੇ, ਧੋ ਕੇ ਹਟਾਂਗੇ ਤੇ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ, ਸਮਗਲਰਾਂ ਖਿਲਾਫ, ਜਿਸ ਲੈਵਲ ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ, ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ। ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ ਚ, ਪੁਲਿਸ ਜੇ ਆਪਣੀ ਆਈ ਤੇ ਆ ਜੇ, ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ, ਪੋਲੀਟੀਸ਼ੀਅਨ ਨਿਕਲ ਜਾਂਦੇ ਆ। ਸੋ ਮੈਂ ਇਹਨਾਂ ਨੂੰ ਇਹ ਕਿਹਾ ਹੋਇਆ, ਕੋਈ ਵੀ ਤੁਹਾਨੂੰ ਅਸੀਂ ਸਿਫਾਰਿਸ਼ ਵਾਲਾ ਇੱਦਾਂ ਦਾ ਨਹੀਂ ਕਰਾਂਗੇ, ਔਕਵਰਡ ਪੋਜੀਸ਼ਨ ਚ ਨਹੀਂ ਪਾਵਾਂਗੇ ਕਿ ਇਹਨੂੰ ਛੱਡ ਦਿਓ, ਇਹਨੂੰ ਫੜ ਲਓ। ਇਹ ਕੰਮ ਸਾਡੀ ਸਰਕਾਰ ਚ ਨਹੀਂ ਹੈ। ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ, ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਨੇ ਤਾਂ ਡਰੋਨ ਭੇਜਣੇ ਭੇਜਣੇ, ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਜ਼ ਆ ਨਹੀਂ ਸਕਦੇ। ਪਹਿਲਾਂ ਡਰੋਨ ਚ ਕੱਲੀ ਡਰੱਗ ਆਉਂਦੀ ਸੀ, ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ। ਤਿੰਨੋਂ ਚਾਰੋਂ ਇਕੱਠੇ ਹੋ ਗਏ, ਗੈਂਗਸਟਰ, ਸਮਗਲਰ ਤੇ ਟੈਰਰਿਜ਼ਮ, ਇਹ ਤਿੰਨੋਂ ਇਕੱਠੇ ਹੋ ਗਏ। ਸੋ ਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ, 3-3 ਹਜ਼ਾਰ ਕਿਲੋ ਡਰੱਗ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟਾਂ ਤੇ, ਬਦਨਾਮ ਪੰਜਾਬ ਕੀਤਾ ਹੋਇਆ। ਮਹਾਰਾਸ਼ਟਰ ਤੋਂ ਨਸ਼ਾ ਆਉਂਦਾ, ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਨੇ। ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਨਾ, ਪੰਜਾਬ ਜਿਹੜਾ ਉਹ ਪਹਿਲਾਂ ਵੀ ਲੀਡਰ ਰਿਹਾ, ਦੇਸ਼ ਦਾ ਲੀਡਰ ਹੈ ਪੰਜਾਬ, ਲੀਡ ਕਰਦਾ ਦੇਸ਼ ਨੂੰ। ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾਂ ਨੇ, ਜਿਹੜੇ ਕਲੰਕ ਨੇ, ਧੋ ਕੇ ਹਟਾਂਗੇ ਤੇ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ, ਸਮਗਲਰਾਂ ਖਿਲਾਫ, ਜਿਸ ਲੈਵਲ ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ, ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ। ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ ਚ, ਪੁਲਿਸ ਜੇ ਆਪਣੀ ਆਈ ਤੇ ਆ ਜੇ, ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ, ਪੋਲੀਟੀਸ਼ੀਅਨ ਨਿਕਲ ਜਾਂਦੇ ਆ। ਸੋ ਮੈਂ ਇਹਨਾਂ ਨੂੰ ਇਹ ਕਿਹਾ ਹੋਇਆ, ਕੋਈ ਵੀ ਤੁਹਾਨੂੰ ਅਸੀਂ ਸਿਫਾਰਿਸ਼ ਵਾਲਾ ਇੱਦਾਂ ਦਾ ਨਹੀਂ ਕਰਾਂਗੇ, ਔਕਵਰਡ ਪੋਜੀਸ਼ਨ ਚ ਨਹੀਂ ਪਾਵਾਂਗੇ ਕਿ ਇਹਨੂੰ ਛੱਡ ਦਿਓ, ਇਹਨੂੰ ਫੜ ਲਓ। ਇਹ ਕੰਮ ਸਾਡੀ ਸਰਕਾਰ ਚ ਨਹੀਂ ਹੈ। ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ, ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਨੇ ਤਾਂ ਡਰੋਨ ਭੇਜਣੇ ਭੇਜਣੇ, ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਜ਼ ਆ ਨਹੀਂ ਸਕਦੇ। ਪਹਿਲਾਂ ਡਰੋਨ ਚ ਕੱਲੀ ਡਰੱਗ ਆਉਂਦੀ ਸੀ, ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ। ਤਿੰਨੋਂ ਚਾਰੋਂ ਇਕੱਠੇ ਹੋ ਗਏ, ਗੈਂਗਸਟਰ, ਸਮਗਲਰ ਤੇ ਟੈਰਰਿਜ਼ਮ, ਇਹ ਤਿੰਨੋਂ ਇਕੱਠੇ ਹੋ ਗਏ। ਸੋ ਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ,
3-3 ਹਜ਼ਾਰ ਕਿਲੋ ਡਰੱਗ ਫੜੀ ਜਾਂਦੀ ਗੁਜਰਾਤ ਦੇ ਪੋਰਟਾਂ ਤੇ। ਬਦਨਾਮ ਪੰਜਾਬ ਕੀਤਾ ਹੋਇਆ, ਮਹਾਰਾਸ਼ਟਰ ਤੋਂ ਨਸ਼ਾ ਆਉਂਦਾ, ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਨੇ। ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਨਾ, ਪੰਜਾਬ ਜਿਹੜਾ ਉਹ ਪਹਿਲਾਂ ਵੀ ਲੀਡਰ ਰਿਹਾ, ਦੇਸ਼ ਦਾ ਲੀਡਰ ਹੈ ਪੰਜਾਬ, ਲੀਡ ਕਰਦਾ ਦੇਸ਼ ਨੂੰ। ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾਂ ਨੇ, ਜਿਹੜੇ ਕਲੰਕ ਨੇ ਧੋ ਕੇ ਹਟਾਂਗੇ ਅਤੇ ਸਖ਼ਤ ਕਾਰਵਾਈ ਗੈਂਗਸਟਰਾਂ ਖਿਲਾਫ, ਸਮਗਲਰਾਂ ਖਿਲਾਫ, ਜਿਸ ਲੈਵਲ 'ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ, ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ। ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ 'ਚ, ਪੁਲਿਸ ਜੇ ਆਪਣੀ ਆਈ ਤੇ ਆ ਜੇ, ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ, ਪੋਲੀਟੀਸ਼ੀਅਨ ਨਿਕਲ ਜਾਂਦੇ ਆ। ਸੋ ਮੈਂ ਇਹਨਾਂ ਨੂੰ ਇਹ ਕਿਹਾ ਹੋਇਆ, ਕੋਈ ਵੀ ਤੁਹਾਨੂੰ ਅਸੀਂ ਸਿਫਾਰਿਸ਼ ਵਾਲਾ ਇੱਦਾਂ ਦਾ ਨਹੀਂ ਕਰਾਂਗੇ, ਔਕਡ ਪੋਜੀਸ਼ਨ 'ਚ ਨਹੀਂ ਪਾਵਾਂਗੇ ਕਿ ਇਹਨੂੰ ਛੱਡ ਦਿਉ, ਇਹਨੂੰ ਫੜ ਲਓ। ਇਹ ਕੰਮ ਸਾਡੀ ਸਰਕਾਰ 'ਚ ਨਹੀਂ ਹੈ।